ਭਾਈ ਮਮਤਾ ਸਾਹਿਬ ਨਾਲ ਹੁਕਮਾ ਚਾਹਤੀ ਕੇ ਇੱਕ ਸ਼ੇਰ ਸਾਈ ਸਦੀਕ ਸਾਹਿਬ ਸਰਕਾਰ ਨਾਲ ਸੱਸੀ ਨੇ ਵਾਲੇ ਲਾਲ ਸਾਈ ਸਦੀਕ ਸਾਹਿਬ ਸਰਕਾਰਾਂ ਨੇ ਲਾਫੀ ਬਾਗ ਵਿੱਚ ਸੱਸੀ ਪਹੁੰਚੀ ਤੇ ਤੱਕਿਆ ਸਖਾਨ ਪੁੰਨੂ ਕੀ ਸੁਤਿਆ ਤੋ ਜਗਾਣੇ ਦੀਆਂ ਤਰਤੀਬ ਕਰਨੀ ਦਿਲ ਵਿੱਚ ਸੋਚਿਆ ਕਿ ਹੱਥ ਲਾਈ ਤਾਂ ਜਗਾ ਲੇਕਿਨ ਫਿਰ ਖਿਆਲ ਆ ਗਿਆ ਕਿ ਸ਼ਾਇਦ ਮੇਰੇ ਮਹਿਬੂਬ ਕੀ ਤਕਲੀਫ ਪਹੁੰਚੇ ਤੋ ਸਾਈ ਸਦੀਕ ਸਾਹਿਬ ਸਰਕਾਰ ਆਖਣੇ ਆਪਣੇ ਬਾਲਾਂ ਕੀ ਪਾਣੀ ਹੈ ਸੇੜੀ ਸਰਕਾਰ ਫਰਮਾਣੇ ਆਪਣੇ ਵਾਲਾਂ ਨੂੰ ਪਾਣੀ ਵਿੱਚ ਪੇ ਕੇ ਦੇ ਖੂਬਸੂਰਤ ਸ਼ੇਰ ਬਹੁਤ ਸਾਰਿਆਂ ਦੋਸਤਾਂ ਦੀ ਚਾਹਤ ਹੈ ਦਰੀਨਾ ਦੋਸਤ ਸਾਡੇ ਬੜੇ ਪੁਰਾਣੇ ਅੱਲਾ ਕਰਵਟ ਕਰਵਟ ਜੰਨਤ ਨਸੀਬ ਫਰਮਾਇਆ ਬਾਬੂ ਗਜ਼ਨਫਰ ਅਲੀ ਸਜਾਦ ਸਰਕਾਰ ਦੀ ਬੜੀ ਖੂਬਸੂਰਤ ਰੁਬਾਈ ਕਿਹੜੇ ਮੁਕਾਮ ਨੀ ਪੀ ਕੇ ਕਲਚਰ ਗਰੁੱਪ ਤਾਰਕ ਕਬੱਡ ਰਹਿਮਾਨ ਗਰਾ ਔਰ ਫਖਰੇ ਪਠਵਾਰ ਤਾਰਕ ਤਾਰੀ ਇਸਲਾਮਪੁਰਾ ਜਬਰਨਾਲ ਔਰ ਮੇਰੇ ਭਾਈ ਗੁਲਾਮ ਮੁਰਜ਼ਾ ਪੱਟੀ ਸਾਹਿਬ ਫਖਰੇ ਪਠਵਾਰ ਸਪੋਰਟ ਐਂਡ ਕਲਚਰ ਨੇ ਐਡਮਨ ਜਨਾਬ ਰਾਜਾ ਜ਼ਹੀਰ ਸਾਹਿਬ ਔਰ ਮਾਸਟਰ ਵਲਾਇਤ ਪੱਟੀ ਸਾਹਿਬ ਰਾਜਾ ਕਮਰ ਸਾਹਿਬ ਸਾਰਿਆਂ ਦੋਸਤਾਂ ਦੀ ਨਜ਼ਰ ਔਰ ਫਖਰੇ ਦੋਸਤਾਂ ਨੇ ਰਾਜਾ ਔਰੰਗਜ਼ੇਬ ਫਰਮ ਡਰਬੀ ਰਾਜਾ ਇਮਰਾਨ ਗੱਖੜ ਰਾਜਾ ਜਾਵੇਦ ਗੱਖੜ ਔਰ ਬਿਲਖਸੂਸ ਅੱਜ ਦੀ ਮਹਿਫਲ ਦੇ ਰੂਏ ਰਵਾਂ ਜਨਾਬ ਰਾਜਾ ਤਾਰਕ ਅਹਿਮਦ ਚਰਾ ਔਰ ਸਾਡੇ ਭਾਈ ਜਨਾਬ ਰਾਜਾ ਸਫੀਰ ਸਾਹਿਬ ਫਖਰੇ ਕਿਰਪਾ ਔਰ ਆਖ ਸੱਚ ਗੁਰੂ ਚੌਧਰੀ ਇਸ਼ਤਿਆਕ ਸਾਹਿਬ ਮੇਰੇ ਭਾਈ ਦਰੀਨਾ ਸੰਗੀ ਸਾਡੇ ਰਾਜਾ ਸਲੀਮ ਨਾਸਰ ਸਾਹਿਬ ਬਾਬੂ ਸਜਾਦ ਅਲੀ ਜ਼ਨਫਰ ਅਲੀ ਸਜਾਦ ਦੀ ਕਿਹੜੀ ਰੁਬਾਈ
ਆਲਾ ਤੋਹਫਾ ਆਸ਼ਕਾਂ ਨੂੰ ਅਜ਼ਲੂ ਸਾਦਗੀ ਦਾ ਤੋਹਫਾ ਆਸ਼ਕਾਂ ਨੂੰ ਅਜ਼ਲੂ ਸਾਦਗੀ ਦਾ ਮਿਸਰ ਦੀਆਂ ਲਕਸ਼ਾਇਆਂ ਮਿਹਰਬਾਨੀ ਕਰ ਜੀ ਮੁੱਲ ਹੁਸਨ ਦਾ ਮਿਸਰ ਦੀਆਂ ਲਕਸ਼ਾਇਆਂ ਪਰ ਅੱਛਾ ਇਹ ਇਸ਼ਕ ਜਿਹੜਾ ਆ ਨਾ ਇਹ ਨਾ ਬੱਚੇ ਤੱਕਣਾ ਨਾ ਜਵਾਨ ਤੱਕਣਾ ਨਾ ਸੱਸੀ ਤੱਕਣਾ ਨਾ ਸੋਹਣੀ ਤੱਕਣਾ ਕਿਹੜੀ ਗੱਲ ਆਖੀ ਹਾਏ ਹਾਏ ਵਾਸਤਾ ਵਾਰ ਫਕਦਵਾ ਯਾਦ ਰੱਖਿਆ ਕਿਆ ਕਹਿਣਾ ਹੈ ਜ਼ਫਰ ਅਲੀ ਸਜਾਦ ਸਰਕਾਰ ਨੇ ਪਤਾ ਉਸ ਵੇਲੇ ਲੱਗਣਾ ਜਿਸ ਤਰ੍ਹਾਂ ਬਾਬੇ ਕੁੱਲੀ ਆਖਿਆ ਸਾ ਨਾ ਕੁੱਲੀ ਕਰ ਦਾ ਮਾਲ ਕੜੁੱਕ ਕਰਕੇ ਫੇਰ ਇਸ਼ਕ ਨਲਾਮੀਆਂ ਬੋਲ ਦਿੰਦਾ ਕਿਹੜੀ ਗੱਲ ਆਖੀ ਪਤਾ ਲੱਗਦਾ